ਕੇ ਖਾ ਕੇ ਮੈਨੂੰ ਖੜ ਜਾ। ਸਾਰਾ ਸਾਲ ਤਾਂ ਮੈਂ ਦੋ ਪੱਗਾਂ 'ਚ ਕੱਢਤਾ, ਅਖੇ ਪੜ੍ਹੀ ਲਿਖੀ ਕੁੜੀ ਹੈ, ਰਾਜ ਕਰੇਗਾ। ਪਰ ਕਿੱਥੇ, ਜਦੋਂ ਕਰਮਾਂ 'ਚ ਸੋਖ ਹੀ ਨਾ ਹੋਵੇ। ਚਲੋ ਨੀ, ਐਡੇ ਤੁਸੀਂ ਮਾਂ ਦੀਆਂ ਹੇਜਲੀਆਂ ਬਣੀਆਂ, ਚੱਲ। ਹਿੱਟ ਫਿਲਮਸ ਕਿਸਮਤ, ਨਿੱਕਾ ਜ਼ੈਲਦਾਰ ਤੇ ਹਰਜੀਤਾ ਕਰਨ ਤੋਂ ਬਾਅਦ ਐਮੀ ਵਿਰਕ ਤੇ ਜਗਦੀਪ ਸਿੱਧੂ ਦੀ ਜੋੜੀ ਤੁਹਾਡੇ ਲਈ ਲੈ ਕੇ ਆਈ ਹੈ ਨਵੀਂ ਫਿਲਮ ਸੁਪਨਾ। ਇਸ ਫਿਲਮ ਦਾ ਪੋਸਟਰ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਹੈ, ਜਿਹਦੇ 'ਤੇ ਲਿਖਿਆ ਹੈ, ਇਸ਼ਕ ਸੋਚ ਕੇ ਕੀਤਾ ਤੇ ਕੀ ਕੀਤਾ, ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ, ਵੇ ਬੁੱਲਿਆ ਪਿਆਰ ਦੀ ਲਾਲਚ ਨਾਲ ਕੀਤਾ ਤੇ ਕੀ ਕੀਤਾ। ਨਾਲੋ ਨਾਲ ਉਹਨਾਂ ਨੇ ਲਿਖਿਆ ਕਿ ਥੈਂਕ ਯੂ ਸੋ ਮੱਚ ਸਾਡੇ ਦੋਨਾਂ ਭਰਾਵਾਂ ਦੀ ਜੋੜੀ ਨੂੰ ਇੰਨਾ ਪਿਆਰ ਦੇਣ ਲਈ, ਬਾਬੇ ਦੀ ਬਹੁਤ ਮਿਹਰ ਆ ਸਾਡੇ 'ਤੇ। ਬਾਕੀ ਸਾਡੀ ਸਟਾਰਟ ਹੀ ਬਾਬੇ ਨੇ ਇਹੋ ਜਿਹੇ ਪ੍ਰੋਜੈਕਟ ਤੋਂ ਕੀਤੀ ਸੀ, ਹੋਰ ਕੁਝ ਕਹਿਣ ਦੀ ਲੋੜ ਹੀ ਨਹੀਂ। ਜ਼ਿੰਦਾਬਾਦ ਯਾਰੀਆਂ ਦੇ ਵੀਡੀਓ 'ਚ ਅਸੀਂ ਪਹਿਲੀ ਵਾਰ ਇਕੱਠੇ ਹੋਏ ਸੀ। ਸੁਪਨਾ ਉਹਨਾਂ ਲੋਕਾਂ ਦੀ ਲਵ ਸਟੋਰੀ ਹੈ ਜਿਨ੍ਹਾਂ ਬਾਰੇ ਕੋਈ ਨਹੀਂ ਸੋਚਦਾ। ਵਾਹਿਗੁਰੂ ਜੀ ਮੇਰ ਕਰਨ। ਅਤੇ ਹੁਣ ਗੱਲ ਕਰੀਏ ਇਸ ਫਿਲਮ ਦੀ ਲੀਡ ਐਕਟ੍ਰੈਸ ਤਾਨਿਆ ਦੀ, ਜੋ ਕਿ ਸਾਨੂੰ ਗੁੱਡੀਆਂ ਪਟੋਲੇ 'ਚ ਦਿਖ ਚੁੱਕੀ ਹੈ। ਉਹਨਾਂ ਨੇ ਵੀ ਪੋਸਟਰ ਸ਼ੇਅਰ ਕੀਤਾ ਅਤੇ ਲਿਖਿਆ, ਕਿਸਮਤ ਨਾਲ ਜੁੜਿਆ ਸੁਪਨਾ, ਸੁਪਨਾ ਹੋ ਜਾਏ ਪੂਰਾ ਫਿਰ ਬਣ ਜਾਏਗੀ ਕਿਸਮਤ। ਆਈ ਕਾਂਟ ਐਕਸਪ੍ਰੈਸ ਮਾਈ ਹੈਪੀਨੈਸ, ਮਾਈ ਵਰਡਸ ਆਰ ਸ਼ਫਲਿੰਗ ਐਂਡ ਹਾਰਟ ਬੀਟ ਹੈਜ਼ ਬੀਨ ਇਨਕਰੀਜ਼ਡ। ਥੈਂਕ ਯੂ ਫੋਰ ਦਿਸ ਵੰਡਰਫੁਲ ਐਕਸਪੀਰੀਅੰਸ ਐਂਡ ਸਰਪ੍ਰਾਈਜ਼। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਜਗਦੀਪ ਸਿੱਧੂ ਨੇ ਅਤੇ ਫਿਲਮ ਰਿਲੀਜ਼ ਹੋਏਗੀ 14 February 2020 ਦੇ ਵਿੱਚ, ਯਾਨੀ ਕਿ ਵੈਲੈਂਟਾਈਨ ਡੇ ਦੇ ਮੌਕੇ 'ਤੇ। ਹੋਰ ਅਪਡੇਟਸ ਲਈ ਤੁਸੀਂ ਜੁੜੇ ਰਹੋ ਨੈਸ਼ਨਲ ਬੱਸ ਦੇ ਨਾਲ। नेशनल बस पर लेटेस्ट न्यूज और एंटरटेनमेंट वीडियोस देखने के लिए सब्सक्राइब करें, लाइक करें, कमेंट करें और शेयर करें। थैंक्स फॉर वॉचिंग।